बसमिल्लामान रहीम असलकम तमाम गाइज कैसे हैं सब ठीक ठाक हैं लो जी अज अं घर पहुँचे तो सरकार आदि शहजादा छोटा भालू सालों चिमट गया चीजियां लैके दवो तो सरकार उधर उधरों बार का एलान होया कल मजलिस से तो गोश्त लैके आना असी सरकार उस टाइम चुकया भांडा टेडा तो मार्केट अल लो जी आ मार्केट मार्किट नीं जा रहे हैं शाहरा मदीना से शाहरा मदीना के उत्ते माशाल्लाह जी फिल वक्त है भालू शालू लगे ने जाहिर इन्ह का काफ़ी रश है छब्बे जुमा है अज ਜਾਨਾ ਰਾਤ ਨੂੰ ਅਸੀਂ ਵੀ ਹਰਮ ਤੇ ਜਿਵੇਂ ਅਸੀਂ ਭਾਜੀ ਇੱਕ ਤੇ ਸੋਕੇ ਸਾਡੇ ਉਠਣ ਦੀ ਰੁਟੀਨ ਬੜੀ ਗਲਤਮਲਤ ਹੋਈ ਪਈ ਹੈ ਕੋਈ ਹੋਸ਼-ਵਾਸ਼ ਨਹੀਂ ਰਹਿੰਦਾ ਜੀ ਸਾਨੂੰ ਉਠਣ ਠਾਨ ਲੱਗਿਆ ਲੋ ਜੀ ਆਪਣਾ ਸਫ਼ਰ ਤੈਅ ਕਰਦਾ ਆਂ ਅਸੀਂ ਪਹੁੰਚੇ ਰਫਤਾਰ ਰਫਤਾਰ ਪੋਲੇ ਪੋਲੇ ਟੁਰਦੇ ਦੁਕਾਨਾ ਦਕੁਨਾ ਵੇਖਦੇ ਮਜਮਾ ਗਦਿਰ ਦੇ ਉੱਤੇ ਗਦਿਰ ਮਾਰਟ ਭਾਈ ਜੀ ਇਹ ਤੁਹਾਡਾ ਮਾਸ਼ਾਅੱਲਾ ਨਜਫ ਅਸ਼ਰਫ ਦੇ ਵਿੱਚ ਸ਼ਾਰਾ ਮਦੀਨਾ ਦੇ ਉੱਤੇ ਬਹੁਤ ਹੀ ਆਲਾ ਕਿਸਮ ਦਾ ਮਾਰਟ ਹੈ ਜਿੱਥੋਂ ਹਰ ਚੀਜ਼ ਮਿਲ ਜਾਂਦੀ ਹੈ ਅੰਦਰ ਇੰਟਰ ਹੁੰਦਿਆਂ ਸਾਰੀ ਸਰਕਾਰ ਮੂਬਲੇ ਚਣਿਆਂ ਦੇ ਤੇ ਸੂਜੀ ਮੂਜੀ ਕਸਟਰ ਮਸਟਰ ਇਹ ਉਹ ਡੱਬੇ ਅੱਗੇ ਆਗੇ ਤੇ ਪਾਜੀ ਆ ਮੂੰ ਚੂ ਚਿੱਟਾ ਮੂਟਾ ਕਰਨ ਵਾਲੀਆਂ ਕਰੀਮਾਂ ਆ ਤੇ ਆਇਲ ਵਾਇਲ ਬੂਡ ਚਮਕਾਣ ਵਾਲੀ ਹਰ ਚੀਜ਼ ਦੁਨੀਆ ਦੀ ਇੱਥੇ ਅਵੇਲੇਬਲ ਹੈ ਜੀ ਐਸ ਕਰੀਮਾਂ ਕੀ ਗੋਸ਼ਤ ਕੀ ਤੇ ਆ ਆਕੇ ਪਾਜੀ ਗੋਸ਼ਤ ਦੇ ਸੀ ਪਾਇਆ ਜੀ ਰੂਲੇ ਨੂੰ ਹੱਥ ਤੇ ਸਰਕਾਰ ਪਹਿਲੇ ਤੇ ਉਹ ਕਵੇ ਸਾਨੂੰ ਹੱਥ ਨਾ ਲਾਓ ਕਿਉਂਕਿ ਬਾਹਰ ਇੰਨੀ ਠੰਡੋ ਤਾਂ ਗੋਸ਼ਤੇ ਨਾ ਠੰਡਾ ਵਾ 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 ਜੋੜ ਕੇ ਐਸਾ ਰਲ ਗਿਆ ਗੋਸ਼ਤ ਲੈਣ ਤੋਂ ਬਾਅਦ ਸਰਕਾਰ ਜੀ ਇਹ ਟੈਸਟ ਹੋ ਰਿਹਾ ਚੈੱਕ ਹੋ ਰਿਹਾ ਐਦਰ ਵੇਖੋ ਕਿੰਨੇ ਜੀ ਇਹਨਾਂ ਦੀ ਅਰਬੀਆਂ ਦੀ ਖਾਣ ਵਾਲੀਆਂ ਡਿਸ਼ਾਂ ਪੱਕੀਆਂ ਪਕਾਈਆਂ ਪਈਆਂ ਘਰ ਲਜਾਓ ਤੇਲ ਚ ਪਾਓ ਪਕਾਓ ਤੇ ਖਾਓ ਬੱਚਿਆਂ ਦੀਆਂ ਕੇਸੀਆਂ ਇਹ ਵੋ ਸਰਕਾਰ ਐ ਵੇਖੋ ਜੀ ਮਾਸ਼ਾਅੱਲਾ ਕਿੱਡੇ ਸੋਹਣੇ ਕੇਕ ਮੇਕ ਸਜਾ ਕੇ ਰੱਖੇ ਨੇ ਇਹਨਾਂ ਨੇ ਕਰੀਮਾ ਵਾਲੇ ਕੇਕ ਇੱਕ ਸਾਈਡ ਦੇ ਉੱਤੇ ਸਾਰ ਸਾਰੀਆਂ ਬੋਤਲਾਂ ਇੱਕੋ ਹੀ ਮਜਮੇ ਦੇ ਵਿੱਚੋਂ ਹਰ ਚੀਜ਼ ਤੁਹਾਨੂੰ ਮਿਲੇਗੀ ਜੀ ਕੋਈ ਦੂਜੇ ਤੀਜੇ ਪਾਸੇ ਜਾਣ ਦੀ ਲੋੜ ਹੀ ਕੋਈ ਨਹੀਂ ਤੁਹਾਨੂੰ ਐ ਜੀ ਸੈਪਸੀਆਂ ਤੇ ਫਾਂਟਾ ਤੇ ਮੰਟਾ ਇਹ ਤੇ ਉਹ ਜੀ ਹੈ ਆਪਣਾ ਜਿਹੜੇ ਨੇ ਦਈਆਂ ਛਈਆਂ ਤੇ ਮੱਖਣ ਵਖਣ ਜਿਬਨ ਗੇਮਰ ਜੇ ਉਹ ਸਭ ਕੁਛ ਸ਼ਕਵਾਬਾਂ ਦੇ ਟੇਰ ਲੱਗੇ ਨੇ ਸਰਕਾਰ ਮਸਾਲਿਆਂ ਦੇ ਟੇਰ ਲੱਗੇ ਨੇ ਕਿਆ ਬਾਤ ਹੈ ਜੀ ਚਿਪਸਾਂ ਤੇ ਬੇકરી ਸ਼ਾਕਰੀ ਬੰਦ-ਬੰਦ ਹਰ ਚੀਜ਼ ਵਿੱਚੋਂ ਹੀ ਮਿਲੇਗੀ ਬਰਹਾਲੇ ਚੀਜ਼ਾਂ ਬਣਾ ਕੇ ਰੱਖੀਆਂ ਹੁੰਦੀਆਂ ਨੇ ਤਾਜ਼ੀਆਂ ਨਹੀਂ ਹੁੰਦੀਆਂ ਛੋਟੇ ਬੱਚਿਆਂ ਦੇ ਦੁੱਧ ਨੈਸਲੇ ਨੀਡੋ ਇਹ ਉਹ ਉਸ ਤੋਂ ਅੱਗੇ ਚੱਲਦੇ ਜਾਈਏ ਜੀ ਆ ਡੱਬਰ ਰੋਟੀ ਪਈ ਹੈ ਸਰਕਾਰ ਡਰਾਈ ਫਰੂਟ ਮਾਸ਼ਾਅੱਲਾ ਸਰਦੀਆਂ ਦੇ ਖਾਂ ਦੇ ਜੀਬੋ ਗਰੀਬ ਤੋਹਫੇ ਇਹ ਜੀ ਕੀ ਬਾਤ ਹੈ ਕਮਜ਼ੋਰਾਂ ਨੂੰ ਤਾਕਤ ਦੇਣ ਵਾਲੇ ਤੋਹਫੇ ਹੈ ਜੀ ਆ ਕੇ ਅਸੀਂ ਰੁੱਲੇ ਦਾ ਆਪਣਾ گوشਤ ਰੱਖਿਆ ਅਗਲੇ ਨੂੰ ਕੀ ਹੈ ਸਜੰਟ ਸਾਹਿਬ ਕਰ ਟੋਟਲ ਮਾਰ 75000 ਰੁਪਏ ਅਗਲੇ ਨੂੰ ਇੰਜ ਫੜਾਇਆ ਉਹਨੇ ਸਾਨੂੰ 75000 ਦੇ ਵਿੱਚੋਂ ਭਾਜੀ ਕੋਈ 13 14000 ਵਾਪਸ ਦੇ ਦਿੱਤਾ ਚੀਜ਼ਾਂ ਇੱਥੇ ਮਹਿੰਗੀ ਤੋਂ ਮਹਿੰਗੀਆਂ ਭਾਜੀ ਕੀ ਬਾਤ ਹੈ گوشਤ ਲੈ ਕੇ ਅਸੀਂ ਵਾਪਸ ਨਿਕਲੇ ਆ ਸਰਕਾਰ ਆਪਣਾ ਰਾ ਨਾ ਪਿਆ ਤੇ ਜਾਂਦਾ ਆ ਮਾਸ਼ਾਅੱਲਾ ਵੇਖੋ ਜੀ ਇਹ ਰਸਤਾ ਹਰਮ ਵਾਲੀ ਜਾਂਦਾ ਪੰਜ ਮਿੰਟ ਦੀ ਮਸਾਫਤ ਹਰਮ ਦੀ ਸਰਕਾਰ ਸਾਹਮਣੇ ਗੁੰਬਦ ਵੀ ਨਜ਼ਰ ਆਏਗਾ ਲੇਕਿਨ ਅਸੀਂ ਜ਼ੂਮ ਨਹੀਂ ਕੀਤਾ ਇਧਰੋਂ ਸੀ ਇੰਜ ਕਰਕੇ ਯੂ-ਟਰਨ ਮਾਰਿਆ ਆਪਣੇ ਘਰ ਵਾਲ ਤੇ ਵੇਖੋ ਜੀ ਤੁੱਪ ਦੇ ਨਜ਼ਾਰੇ ਕਿੱਡੇ ਸੋਹਣੇ ਕਿਆ ਬਾਤ ਹੈ ਸੁਭਾਨ ਅੱਲਾਹ ਬੜੀ ਸੋਹਣੀ ਤੁੱਪ ਲੱਗੀ ਹੋਈ ਹੈ ਜੀ ਚੱਲਦੇ ਚੱਲਦੇ ਸਰਕਾਰ ਅਸੀਂ ਹੁਣ ਪਹੁੰਚੇ ਆ ਆਪਣੇ ਘਰ ਦੇ ਨਜ਼ਦੀਕ ਤਰੀਨ ਇਹ ਗਵਾਂਦਿਆਂ ਨੂੰ ਕਾਕਾ ਫੇਰ ਸਾਨੂੰ ਚਮੜ ਗਿਆ ਜੀ ਮੇਰੀਆਂ ਚੀਜ਼ੀਆਂ ਤੇ ਭਾਈ ਚੀਜ਼ੀਆਂ ਅਸੀਂ ਲੈ ਕੇ ਆਣੀਆਂ ਭੁੱਲ ਗਏ ਸਾਨੂੰ ਉਹ ਯਾਦ ਰਹੀਆਂ ਕੋਈ ਨਹੀਂ ਤੇ ਹੁਣ ਪਾ ਰਹੀ ਆਪਣੇ ਸ਼ਰਟ ਚੱਬ